ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਹੋਰ ਠੀਕ ਠਾਕ ਸਾਰਿਆਂ ਨੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਉਹ ਡਾਕਟਰ ਸਾਹਿਬ ਫਤਿਹ ਬੁਲਾ ਦਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਬੜੇ ਟਾਈਮ ਬਾਅਦ ਡਾਕਟਰ ਸਾਹਿਬ ਆਪਣੇ ਨਾਲ ਜੁੜੇ ਆ। ਰੁਝੇ ਮੈਂ ਕਰਕੇ ਜ਼ਿੰਦਗੀ ਦੇ ਵਿੱਚ ਉਹ ਨਹੀਂ ਆ ਸਕਦੇ ਸੀ ਵਲੋਗ ਦੇ ਵਿੱਚ, ਹੁਣ ਥੋੜ੍ਹੇ ਜਿਹੇ ਫ੍ਰੀ ਹੋਏ ਆ। ਸੋ ਅੱਜ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਤੁਹਾਡੀ ਗੱਡੀ ਚਲਾਉਣੀ ਆ। ਮੈਂ ਕੋਈ ਨਹੀਂ ਕਿਹਾ, ਠੀਕ ਆ। ਅੱਜ ਆਪਣੀ ਗੱਡੀ ਥੋੜ੍ਹੀ ਜਿਹੀ ਰਿਸਕ ਦੇ ਵਿੱਚ ਆ ਦੋਸਤੋ, ਕਿਉਂਕਿ ਡਾਕਟਰ ਸਾਹਿਬ ਕਹਿੰਦੇ ਵੀ ਗੱਡੀ ਚਲਾਉਣੀ ਆ। ਮੈਂ ਕਿਹਾ ਨਹੀਂ, ਰਹਿਣ ਦਿੰਦੇ ਮੈਂ। ਸੋ ਅੱਜ ਡਾਕਟਰ ਸਾਹਿਬ ਨੂੰ ਗੱਡੀ ਚਲਾਉਣ ਦਿੰਦੇ ਆਪਾਂ ਚੈਲੰਜਰ, ਅਤੇ ਅਸੀਂ ਇੱਕ ਪਲਾਜ਼ੇ 'ਤੇ ਖੜ੍ਹੇ ਹਾਂ ਅਤੇ ਇੱਥੇ ਫੜਾਉਣੀ ਗੱਡੀ, ਅਤੇ ਨਾਲੇ ਦੱਸਦਾ ਮੈਂ ਇਹਨਾਂ ਨੂੰ ਕਿਵੇਂ ਕੀ ਹਿਸਾਬ ਕਿਤਾਬ ਹੈ। ਸੋ ਇੱਕ ਵਾਰੀ ਪਹਿਲਾਂ ਵੀ ਚਲਾਈ ਸੀ ਗੱਡੀ, ਇੱਕ ਵਾਰੀ ਪਹਿਲਾਂ ਵੀ ਚਲਾਈ ਸੀ ਗੱਡੀ ਇਹਨਾਂ ਨੇ। ਸੋ ਉਦੋਂ ਵੀ ਬਹੁਤ ਵਧੀਆ ਤਰੀਕੇ ਨਾਲ ਚਲਾਈ ਸੀ, ਹੁਣ ਵੀ ਵਧੀਆ ਤਰੀਕੇ ਨਾਲ ਹੀ ਚਲਾਉਣਗੇ। ਡਾਕਟਰ ਸਾਹਿਬ ਕਰੀਏ ਸ਼ੁਰੂ ਫਿਰ ਆਪਾਂ ਟੀਚਿੰਗ ਤੁਹਾਡੀ, ਅੱਜ ਤੋਂ ਪਹਿਲੀ ਤੁਹਾਡੀ ਕਲਾਸ, ਲਰਨਿੰਗ ਕਲਾਸ। ਸੋ ਆ ਜਾਓ ਦੋਸਤੋ, ਆਪਾਂ ਡਾਕਟਰ ਸਾਹਿਬ ਦੀਆਂ ਡਰਾਈਵਿੰਗ ਕਲਾਸਾਂ ਸ਼ੁਰੂ ਕਰਦੇ ਹਾਂ। ਸੋ ਅੱਜ ਮੈਂ ਟੀਚਰ ਹਾਂ ਤੁਹਾਡਾ, ਚਲੋ ਕਰੀਏ ਸ਼ੁਰੂ। ਚੱਲ ਬਾਈ, ਚੱਲ ਛੋਟੂ। ਓਹੋ ਲਓ ਵੀ ਅੱਜ ਆਪਣੀ ਗੱਡੀ ਖਤਰੇ 'ਚ ਆ ਦੋਸਤੋ, ਨਹੀਂ ਗੱਡੀਏ ਧਿਆਨ ਨਾਲ, ਅੱਜ ਤੂੰ ਖਤਰੇ 'ਚ ਆ। ਸੋ ਡਾਕਟਰ ਸਾਹਿਬ ਤੁਹਾਨੂੰ ਮੈਂ ਕੁਛ ਗੱਲਾਂ ਦੱਸਦਾ ਜਿਹੜੀਆਂ ਵਾਈਲ ਡਰਾਈਵਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਇਹ ਆ ਵੀ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਹੁਣ ਡਰਾਈਵਿੰਗ ਸੀਟ ਤੇ ਬਹਿ ਕੇ? ਸਾਰਾ ਭਰਿਆ ਭਰਿਆ ਜਿਹਾ, ਉਧਰ ਵਾਲੀ ਸਾਈਡ ਜਦੋਂ ਮੈਂ ਬਹਿਨੀ ਹੁੰਦੀ ਹਾਂ ਖਾਲੀ ਖਾਲੀ ਜਿਹਾ ਹੁੰਦਾ ਸਾਰਾ, ਮਤਲਬ ਅੱਗੋਂ ਆ ਸਾਰਾ ਕੁਛ, ਕਿੰਨਾ ਕੁਛ ਬਟਨ ਬੁਟਨ ਜਿਹਾ ਲਾਈਟਾਂ ਵੇਖ ਕੇ ਘਬਰਾਹਟ ਜਿਹੀ ਹੁੰਦੀ ਆ। ਓਕੇ, ਸੋ ਮੈਂ ਆਪਣੀ ਗੱਡੀ ਦਾ ਗੇਅਰ ਨੋਬ ਆ, ਆ ਸਟੀਅਰਿੰਗ ਆ, ਇੱਥੋਂ ਸਟੀਅਰਿੰਗ ਆ, ਇਹ ਸਟੀਅਰਿੰਗ ਆ। ਸੋ ਇੱਥੋਂ ਗੱਡੀ ਸਟਾਰਟ ਹੁੰਦੀ ਆ, ਠੀਕ ਹੈ ਜੀ, ਤੇ ਇਹਦਾ ਹੁਣ ਹਜੇ ਫਿਲਹਾਲ ਤੁਸੀਂ ਇਹਦੇ ਬਾਰੇ ਨਾ ਦੇਖੋ ਕਿਉਂਕਿ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਆ। ਸੋ ਅੱਜ ਤੁਸੀਂ ਇੱਕ ਤਰ੍ਹਾਂ ਦਾ ਜਹਾਜ਼ ਚਲਾਉਣ ਲੱਗੇ ਹੋ, ਸੋ ਬੈਸਟ ਆਫ ਲੱਕ, ਤੇ ਬੜੀ ਧਿਆਨ ਨਾਲ ਚਲਾਇਓ ਗੱਡੀ ਕਿਉਂਕਿ ਇਹ ਬਹੁਤ ਜ਼ਿਆਦਾ ਸਸਤੀ ਗੱਡੀ ਹੈ। ਸੋ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਹਨੂੰ ਕੋਈ ਹੋ ਵੀ ਗਿਆ ਤੇ। ਕਹਿਣਾ ਕੀ ਚਾਹੁੰਦੇ ਆ? ਆਪਣਾ ਰੇਸ ਤੇ ਪੈਰ ਧਾਨ ਦੀ ਲੋੜ ਨੀ। ਆ ਜਿਹੜਾ ਵਾਲਾ ਬਟਨ ਆ ਨਾ, ਇਹਨੂੰ ਐਂ ਨੱਪਣਾ ਤੇ ਗੇਅਰ ਪੈਣਾ, ਜੇ ਆਪਾਂ ਡਰਾਈਵ ਕਰਨਾ ਇਹਨੂੰ ਨੱਪ ਕੇ ਤੇ ਡੀ ਤੇ ਲੈ ਕੇ ਜਾਣਾ, ਡੀ ਤੇ ਲੈ ਕੇ ਜਾਣਾ। ਤੇ ਸਿਰਫ ਇਹਦੇ ਰੇਸ ਤੇ ਬ੍ਰੇਕ ਆ, ਠੀਕ ਆ, ਬਸ ਰੇਸ ਤੇ ਬ੍ਰੇਕ ਆ, ਤੇ ਬਸ ਆ ਜਿਹੜਾ ਹੈਗਾ। ਜਦੋਂ ਆਪਾਂ ਇੰਡੀਆ ਡਰਾਈਵ ਕਰਦੇ ਆ ਉਦੋਂ ਤਾਂ ਨੀਚੇ ਤਿੰਨ ਹੁੰਦੇ, ਇੱਕ ਕਲੱਚ ਵੀ ਹੁੰਦਾ ਹੈ। ਹਾਂ, ਇਹ ਆਟੋਮੈਟਿਕ ਆ, ਮਤਲਬ ਇਹਦੇ ਵਿੱਚ ਸਿਰਫ ਦੋ ਆ, ਇੱਕ ਰੇਸ ਤੇ ਇੱਕ ਪੈਰ। ਹੁਣ ਇੰਡੀਆ ਆਪਾਂ ਤਿੰਨਾਂ ਤੇ ਕੀ ਕਰਦੇ ਹੁੰਦੇ ਆ, ਰੇਸ ਤੇ ਬ੍ਰੇਕ ਤੇ ਆਪਾਂ ਦੂਜਾ ਪੈਰ ਯੂਜ਼ ਕਰ ਲੈਂਦੇ ਆ। ਬਸ ਹੁਣ ਤੂੰ ਆਪਦੀ ਜਿਹੜੀ ਲੈਫਟ ਲੈਗ ਆ ਉਹਨੂੰ ਫ੍ਰੀ ਰੱਖਣਾ, ਬਸ ਤੂੰ ਕੱਲੀ ਰਾਈਟ ਹੀ ਐਕਟੀਵੇਟ ਕਰਨੀ ਹੈ। ਹੁਣ ਪਹਿਲਾਂ ਇੱਕ ਵਾਰੀ ਨਾ ਤੂੰ ਪ੍ਰੈਕਟਿਸ ਕਰ ਲਾ, ਮੈਂ ਉਹਨੂੰ ਗੱਡੀ ਨੂੰ ਫਿਰ ਵੀ ਬੰਦ ਕਰ ਦੇਣਾ। ਵੇਖੋ ਕਰ ਵੀ ਲਈ ਗੱਲਾਂ ਕਰਦੇ ਕਰਦੇ। ਹਾਂ, ਪ੍ਰੈਕਟਿਸ ਕਰ, ਰੇਸ ਰੇਸ ਤੇ ਬ੍ਰੇਕ, ਇੰਨੀ ਰੇਸ ਨਹੀਂ ਦੇਣੀ ਵੀ ਉਹ ਗੱਡੀ ਉਧਰ ਵੱਜੇ ਜਾ ਕੇ ਸਿੱਧਾ। ਬ੍ਰੇਕ ਨੱਪ ਕੇ ਵੀ ਬ੍ਰੇਕ ਨੱਪਣੀ ਆ ਪਹਿਲਾਂ, ਤੇ ਫੇਰ ਇਹਨੂੰ ਆ ਨੱਪਣਾ, ਤੇ ਫੇਰ ਜਾ ਕੇ ਗੱਡੀ ਸਟਾਰਟ ਹੋਊਗੀ। ਓਕੇ, ਬ੍ਰੇਕ ਨੱਪ ਤੇ ਉਹ, ਹਾਂ, ਤੇ ਉਹਨੂੰ ਬਟਨ ਨੱਪ। ਲੈਫਟ ਲੈਗ ਨੂੰ ਜਮੀ ਨਾ ਯੂਜ਼ ਕਰ, ਪਰੇ ਰੱਖ ਦੇ ਉਹਨੂੰ, ਲੈਫਟ ਲੈਗ ਨੂੰ ਆਦੀ ਨੂੰ, ਲੈਫਟ ਲੈਗ ਤੇਰੀ ਆਦੀ, ਕਿਸੇ ਪੈਰ ਨਹੀਂ। ਹਾਂ, ਪਰੇ ਰੱਖ ਲਾ ਲੈਫਟ। ਹਾਂ, ਬ੍ਰੇਕ ਨੱਪੀ ਹੋਈ ਆ। ਓਕੇ, ਹੁਣ ਗੇਅਰ ਪਾ, ਖੜ ਜਾ ਜੇ, ਅਜੇ ਖੜ, ਅਜੇ ਵੇਟ ਕਰੋ, ਆ ਸਾਰੀਆਂ ਚੀਜ਼ਾਂ ਪਾਸੇ ਰੱਖਦਾ ਪਹਿਲਾਂ, ਤੇ ਬੜਾ ਈਜ਼ੀ ਕੰਮ ਆ। ਸੋ ਆ ਆਪਾਂ ਕੋਕ ਪੀ ਰਹੇ ਸੀਗੇ, ਆਲਵੇਸ ਡਾਈਟ ਕੋਕ ਗਾਇਸ, ਕਮ ਔਨ। ਤੇ ਓਕੇ, ਚੱਲ ਬ੍ਰੇਕ ਡਰਾਈਵ ਤੋਂ ਪਾਓ। ਹਾਂ, ਬਸ ਕੱਲੀ ਇਹਨੂੰ ਸਟੀਅਰਿੰਗ ਨੂੰ ਘੁਮਾ, ਘੁਮਾ ਸਟੀਅਰਿੰਗ ਨੂੰ ਦੂਜੇ। ਹਾਂ ਹਾਂ, ਘੁਮਾ ਲਾ, ਰੇਸ ਤੇ ਨਾ ਪੈਰ ਰੱਖੀ ਜਾਂਗਾ। ਹਾਂ, ਇਹ ਤਾਂ ਮੈਨੂੰ ਪਤਾ। ਚੱਲ ਤੋਰ, ਛੱਡ ਦੇ ਰੇਸ ਬ੍ਰੇਕ। ਹਾਂ, ਬ੍ਰੇਕ ਨੱਪ ਦੇ, ਛੱਡ ਦੇ ਬ੍ਰੇਕ। ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਬ੍ਰੇਕ ਛੱਡਦੀ। ਬ੍ਰੇਕ ਤੇ ਰੱਖ ਪੈਰ, ਬ੍ਰੇਕ ਤੇ ਰੱਖ ਪੈਰ। ਹਾਂ, ਬਸ ਹੁਣ ਕਿਹੜਾ, ਤੂੰ ਤੇਰਾ ਪਹਿਲੀ ਵਾਰੀ ਆ, ਤੂੰ ਬ੍ਰੇਕ ਤੇ ਰੱਖ ਪੈਰ, ਛੱਡ ਛੱਡ ਦੇ ਬ੍ਰੇਕ ਤੋਂ ਪੈਰ। ਹੁਣ ਰੇਸ ਤੇ ਪੈਰ ਨਾ ਦੇਈ ਜਾਂਗਾ, ਬ੍ਰੇਕ ਤੇ ਰੱਖ ਪੈਰ ਆਦਾ।
ਹੁਣ ਆਈ ਕਮਾਈ ਜਾਣ ਹੁਣ ਉਧਰ ਨੂੰ ਆਏ ਗੋਲ ਗੋਲ ਚੱਕਰ ਕੱਢੀ ਆ ਤੇ ਇਹ ਆਪੇ ਚੱਲੀ ਜਾਂਦੇ ਰੇਸ ਤੇ ਮੈਂ ਪੈਰ ਨਹੀਂ ਰੱਖਿਆ ਬਸ ਲੋੜ ਹੀ ਨਹੀਂ ਹਜੇ ਫਿਲਹਾਲ ਤੂੰ ਤੇਰੇ ਸਟਾਰਟਿੰਗ ਕਲਾਸ ਆ ਸੋ ਯੂ ਡੋਨਟ ਹੈਵ ਟੂ ਪੁੱਟ ਪੈਰ ਔਨ ਦਾ ਰੇਸ ਸੋ ਯੂ ਜਸਟ ਹੈਵ ਟੂ ਪੁੱਟ ਯਰ ਪੈਰ ਔਨ ਦਾ ਬ੍ਰੇਕ दिखाओ ब्रेक ब्रेक ते पैर रखो हाँ बिल्कुल वेरी गुड ओके हुण ब्रेक ते पैर रख के इन पार्क करना ब्रेक ते पैर रखी रख नप के रख हाँ हाँ सो हुण पार्क होगी बस ठीक है हुण छड़ दे सो न्यूट्रल च कदों करनी न्यूट्रल च कदों करनी ब्रेक ते पैर रख न्यूट्रल दे विच आवे आ ब्रेक ते पैर रखिया हुण आ न्यूट्रल होगी न्यूट्रल कदों करदा जदों आपां बंद करनी होवे हैना न्यूट्रल कर देईदा जदों खड़े हां किते बहुत तेज जाऊगी गड्डी सो ता करके मैं तुम्हें कहा कला रेस ते ओते ब्रेक ते पैर रखो सो ऑलवेज यूज योर राइट लैग ड्राइव करनी लैफ्ट जी लैग उन्होंने फ्री रखो क्योंकि जे तू लैफ्ट लैग यूज कर लगी तो तेन बहुत ज्यादा कन्फ्यूजन होगी हाँ क्योंकि इंडिया आप क्लच यूज कर क्योंकि इंडिया तू गड्डी चलाउंदी सी उत्थे तू क्लच यूज क्लच नप के फिर तू गियर पाउंदी सी ਉਹੀ ਭਲੇਖਾ ਪੈਂਦਾ ਹੁਣ ਸੋਚਣ ਦੀ ਜੋ ਪਹਿਲੀ ਵਾਰ ਗੱਡੀ ਚਲਾਉਣੀ ਹੈ ਮੈਂ ਆਪਣੀ ਲੈਫਟ ਲੈਗ ਨੂੰ ਬੰਨਦਾ ਸੀਟ ਦੇ ਨਾਲ ਮਾੜੀ ਰੱਸੀ ਲੈ ਕੇ ਨਾ ਤਾਂ ਕਿ ਜੋ ਅੱਗੇ ਲੈ ਕੇ ਜਾਣ ਲੱਗਾ ਹਨਾ ਤੇ ਮੈਨੂੰ ਪਤਾ ਲੱਗ ਜੇ ਨਹੀਂ ਨਹੀਂ ਇਸ ਨੂੰ ਪਿੱਛੇ ਰੱਖਣਾ ਆਪਾਂ ਜਦੋਂ ਇੰਡੀਆ ਤੂੰ ਗੇਅਰ ਵਾਲੀ ਗੱਡੀ ਚਲਾਉਂਦੀ ਸੀ ਉਹ ਜਿੱਧਰਲੇ ਪਾਸੇ ਮੈਂ ਆ ਉਹ ਇਧਰਲੀ ਸਾਈਡ ਸੀ ਹਨਾ ਸੋ ਇੱਥੇ ਇਸ ਚੀਜ਼ ਦੀ ਵੀ ਥੋੜੀ ਜਿਹੀ ਕਨਫਿਊਜ਼ਨ ਰਹਿੰਦੀ ਆ ਵੀ ਕਿਉਂਕਿ ਆਪਣਾ ਉਧਰਲੇ ਪਾਸੇ ਵਾਲਾ ਹੋ ਜਾਂਦਾ ਏਰੀਆ ਸੋ ਇੱਕ ਵਾਰੀ ਫੇਰ ਟਰਾਈ ਕਰ ਹੁਣ ਆਪੇ ਕਰਨਾ ਸਾਰਾ ਕੁਝ ਬਸ ਤੂੰ ਆਪਦੀ ਲੈਫਟ ਲੈਗ ਨਹੀਂ ਯੂਜ਼ ਕਰਨੀ ਨਹੀਂ ਨਹੀਂ ਉਹ ਮੈਂ ਪਹਿਲਾਂ ਹੀ ਆਇਆ ਸਮਝ ਲਿਆ ਵੀ ਉਹ ਇੱਥੇ ਬੰਨੀ ਹੋਈ ਹੈ ਹਾਂ ਲੈਫਟ ਲੈਗ ਨਹੀਂ ਯੂਜ਼ ਕਰਨੀ ਤੇ ਓਨਲੀ ਤੂੰ ਆਪਦੀ ਬਸ ਬਸ ਠੀਕ ਆ ਓਕੇ ਬ੍ਰੇਕ ਤੇ ਪੈਰ ਰੱਖਣਾ ਓਕੇ ਛੱਡ ਹੌਲੀ ਹੌਲੀ ਬ੍ਰੇਕ ਐਂ ਤਾਂ ਮੈਂ ਫਾਸਟ ਲੈਣਾ ਬਸ ਧਿਆਨ ਨਾਲ ਬਸ ਲੈਫਟ ਲੈਗ ਜਮੀ ਫ੍ਰੀ ਰੱਖ ਆਪਦੀ ਉਹ ਮੈਂ ਜਾਵਾਂ ਆਪਦੀ ਮੈਨੂੰ ਪਤਾ ਮੈਂ ਬਸ ਹੀ ਰੱਖੀ ਹੋਈ ਆ ਸ਼ਾਗੇ ਸ਼ਾਗੇ ਡਾਕਟਰ ਸਾਹਿਬ ਤੁਸੀਂ ਸੋ ਡਾਕਟਰ ਸਾਹਿਬ ਬਹੁਤ ਵਧੀਆ ਗੱਡੀ ਚਲਾ ਰਹੇ ਆ ਵੈਰੀ ਗੁੱਡ ਮਾੜੀ ਰੇਸ ਤੇ ਵੀ ਨਾ ਨਾ ਜਮੀ ਨਹੀਂ ਜਮੀ ਨਹੀਂ ਕੱਲੀ ਕੱਲੀ ਬ੍ਰੇਕ ਤੇ ਪੈਰ ਰੱਖਣਾ ਰੱਖੇ ਰੱਖੇ ਬ੍ਰੇਕ ਤੇ ਚੁੱਕ ਲੈ ਬ੍ਰੇਕ ਤੋਂ ਪੈਰ ਆਪਣੇ ਹੁਣ ਬ੍ਰੇਕ ਤੇ ਨੱਪ ਪੈਰ ਬ੍ਰੇਕ ਅੱਜ ਇੱਥੇ ਛੱਡ ਲਾਉਣੀ ਆਪਾਂ ਨਹੀਂ ਨਹੀਂ ਵੀ ਟਰਾਈ ਕਰ ਬ੍ਰੇਕ ਤੇ ਨੱਪ ਵੀ ਥੋੜਾ ਯੂਜ਼ ਟੂ ਹੋ ਜਾ ਮੇਰੇ ਕਹਿਣ ਦਾ ਮਤਲਬ ਹਾਂ ਹਾਂ ਨਹੀਂ ਫਰੀ ਬ੍ਰੇਕ ਲਾ ਗੱਡੀ ਦੀ ਹੌਲੀ 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 ਯਾ ਵੈਰੀ ਗੁੱਡ ਚੱਲ ਹੁਣ ਫਿਰ ਬ੍ਰੇਕ ਤੋਂ ਰੱਖ ਛੱਡ ਉਹਦਾ ਪੈਰ ਸੋ ਆ ਘੁਮਾਉਣੀ ਤਾਂ ਈਜ਼ੀ ਹੈ ਕੋਈ ਬਾਲੀ ਔਖੀ ਤਾਂ ਨਹੀਂ ਲੱਗ ਰਹੀ ਨਹੀਂ 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 ਇੰਦਮ ਨਾਰਮਲ ਹੈ ਨਿੱਕੇ ਹੁੰਦੇ ਉਹ ਟਰੈਕਟਰ ਦਾ ਸਟੀਅਰਿੰਗ ਫੜ ਗਿਆ ਬੰਦ ਟਰੈਕਟਰ ਦਾ ਐਂ ਕਮਾਈ ਜਾਂਦੇ ਓਕੇ ਚੱਲ ਠੀਕ ਹੈ ਹੁਣ ਪਾਰਕ ਕਰ ਦੇ ਹਾਂ ਉਹ ਕਰਦੀ ਆ ਬ੍ਰੇਕ ਤੇ ਰੱਖਣਾ ਓਕੇ ਵੈਰੀ ਨਾਈਸ ਹੁਣ ਮੈਂ ਦਰਸ਼ਕਾਂ ਨੂੰ ਖਾਣਾ ਵੀ ਤੁਸੀਂ ਗੱਡੀ ਕਿਵੇਂ ਪਾਰਕ ਲਈ ਹੈ ਡਾਕਟਰ ਸਾਹਿਬ ਜੀ ਗੱਡੀ ਪਾਰਕ ਦੇਖੋ ਕਿੰਨੀ ਪਿੱਛੇ ਆ ਉੱਥੋਂ ਮੇਰੀ ਗੱਲ ਸੁਣ ਮਾੜਾ ਬਾਹਰ ਆ ਕੇ ਤਾਂ ਦੇਖ ਦੇਖਦਾ ਸੀ ਆ ਕੇ ਦੇਖੀ ਮਾੜਾ ਫੋਟੋ ਖਿੱਚਾ ਹੁਣ ਆਪੇ ਲਾ ਗਾਂ ਕਰਕੇ
ਵੀ ਲਾਈਕ ਉਵੇਂ ਜਿਵੇਂ ਮੈਂ ਤੈਨੂੰ ਸਿਖਾਇਆ ਸੀ ਬ੍ਰੇਕ ਨੱਪ ਦੇਣ ਚੱਲ ਤੋਰ ਨੱਪ ਬ੍ਰੇਕ ਤੋਰ ਬਸ ਓਕੇ ਹੁਣ ਵੈਰੀ ਗੁੱਡ ਵਾਹ ਠੀਕ ਹੈ ਲਓ ਬਈ ਤੁਸੀਂ ਆਪਦਾ ਅੱਜ ਪਹਿਲਾ ਲੈਸਨ ਕਲੀਅਰ ਕਰ ਲਿਆ ਗੱਡੀ ਦਾ ਸੋ ਵੈਰੀ ਗੁੱਡ ਥੈਂਕ ਯੂ ਸੋ ਕੋਈ ਹੈਪਨ ਨਹੀਂ ਹੋਇਆ ਪਿਛਲੀ ਵਾਰੀ ਵਾਂਗੂ ਲਓ ਬਈ ਡਾਕਟਰ ਸਾਹਿਬ ਨੇ ਅੱਜ ਪਹਿਲੀ ਵਾਰੀ ਚੈਲੰਜਰ ਚਲਾਈ ਸੋ ਕਿਵੇਂ ਦਾ ਰਿਹਾ ਐਕਸਪੀਰੀਅੰਸ ਤੁਹਾਡਾ ਡਾਕਟਰ ਸਾਹਿਬ ਵਧੀਆ ਸੀ ਮਤਲਬ ਕੋਈ ਜ਼ਿਆਦਾ ਔਖੀ ਜੀ ਨਹੀਂ ਲੱਗੀ ਥੋੜ੍ਹਾ ਐਂ ਵਾ ਵੀ ਇਹ ਕਾਰ ਹੀ ਇਵੇਂ ਦੀ ਆ ਇਹਦੀ ਜਜਮੈਂਟ ਥੋੜ੍ਹੀ ਔਖੀ ਆ ਹੁਣ ਜਿਵੇਂ ਮੈਂ ਪਾਰਕਿੰਗ ਲਾਉਣ ਲੱਗਿਆ ਮੈਨੂੰ ਅੱਗੋਂ ਪਤਾ ਹੀ ਨਹੀਂ ਸੀ ਲੱਗਣ ਡਿਆ ਵੀ ਕਿਵੇਂ ਹਨਾ ਉਹ ਉਸ ਬੰਦੇ ਲਈ ਈਜ਼ੀ ਜਿਹਨੂੰ ਥੋੜ੍ਹੀ ਜਜਮੈਂਟ ਆ ਵੀ ਇੱਥੇ ਜਾ ਕੇ ਇਵੇਂ ਦੇ ਆ ਹੁਣ ਕੋਈ ਨਾਰਮਲ ਗੱਡੀ ਹੋਵੇ ਉਹਦੀ ਜਜਮੈਂਟ ਬੰਦੇ ਨੂੰ ਹੋ ਜਾਂਦੀ ਹੈ ਇਹ ਗੱਡੀ ਜਜਮੈਂਟ ਤਾਂ ਓਕੇ ਕਿਉਂਕਿ ਇਹਦਾ ਜਿਹੜਾ ਬੋਰ ਨਟ ਆ ਨਾ ਉਹ ਥੋੜਾ ਜਿਹਾ ਲੰਮਾ ਹੈ ਤਾਂ ਆਹੀ ਕਰਕੇ ਸੋ ਇਹ ਆਮ ਬੰਦੇ ਨੂੰ ਵੀ ਨਹੀਂ ਪਤਾ ਲੱਗਣੀ ਜਿਹੜਾ ਪਹਿਲੀ ਵਾਰੀ ਚੈਲੰਜਰ ਡਰਾਈਵ ਕਰੂਗਾ ਨਾ ਉਹਦੇ ਲਈ ਵੀ ਇਹ ਔਖਾ ਥੋੜਾ ਜਿਹਾ ਜੱਜ ਕਰਨਾ ਵੀ ਕਿੱਥੇ ਜੇ ਆਪਾਂ ਪਾਰਕ ਲਾਉਣੀ ਹੈ ਹੁਣ ਮੈਨੂੰ ਵੀ ਕਦੇ ਕਦੇ ਨਹੀਂ ਪਤਾ ਲੱਗਦਾ ਪਾਰਕਿੰਗ ਜਦੋਂ ਮੈਂ ਲਾਉਣਾ ਨਾ ਗਾਂਹ ਕਰਕੇ ਮੈਨੂੰ ਐਂ ਹੁੰਦਾ ਵੀ ਅੱਗੇ ਟੱਚ ਨਾ ਕਰ ਜੇ ਸੋ ਇਹ ਨਾਰਮਲ ਆ ਤੇ ਬਾਕੀ ਹੁਣ ਠੀਕ ਲੱਗੀ ਡਰਾਈਵ ਕਿਵੇਂ ਲੱਗੀ ਸਾਡੀ ਗੱਡੀ ਦੀ ਹਾਂ ਉਂਝ ਵਧੀਆ ਲੱਗੀ ਚੰਗੀ ਵਧੀਆ ਸਮੂਥ ਚੱਲਦੀ ਗੱਡੀ ਥੋੜੀ ਜੀ ਐਂ ਆ ਵੀ ਠੀਕ ਆ ਉਹੀ ਜਿਹੜੀ ਮੇਨ ਪ੍ਰੋਬਲਮ ਸੀਗੀ ਵੀ ਅੱਗੇ ਕਰਕੇ ਉਦਾਂ ਈਜ਼ੀ ਹੈ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਵੇਖੀਏ ਹਨਾ ਉੱਥੇ ਗੇਅਰ ਗੂਰ ਪਾਓ ਕਈ ਕੁਛ ਕਲੱਚ ਦੇ ਨਾਲ ਇਹ ਬੰਦਾ ਉੱਥੇ ਉਲਝ ਜਾ ਸੋ ਡਾਕਟਰ ਸਾਹਿਬ ਦਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ ਲੱਗਦਾ ਹੈ ਹਨਾ ਹਾਂ ਠੀਕ ਸੀਗਾ ਮਤਲਬ ਠੀਕ ਆ ਬਾਕੀ ਤੁਹਾਡਾ ਐਕਸਪੀਰੀਅੰਸ ਉਦੋਂ ਵਧੀਆ ਲੱਗੂ ਜਿੱਦਣ ਐ ਮੈਂ ਭਜਾਈ ਜਿੱਦਣ ਭਜਾਈ ਉਦੋਂ ਪਤਾ ਲੱਗੂਗਾ ਫਿਰ ਮੈਂ ਕਿੱਧਰ ਜਾਇਆ ਕਰੂੰਗਾ ਨਹੀਂ ਤੁਸੀਂ ਕਿੱਥੇ ਵੀ ਜਾਣਾ ਫਿਰ ਮੈਨੂੰ ਗੱਡੀ ਹੋਰ ਲੈਣੀ ਪੈਣੀ ਦੋਸਤੋ ਨਹੀਂ ਨਹੀਂ ਮੈਂ ਹੀ ਲਾਉਂਗੀ ਮੇਰੇ ਤੋਂ ਤਾਂ ਵੈਸੇ ਵੀ ਇਹ ਵਸ ਦੀ ਗੱਲ ਨਹੀਂ ਆ ਫਿਰ ਆਪਾਂ ਇਹ ਜਿਹੜੀ ਗੱਡੀ ਹੋ ਗਈ ਚੈਲੰਜਰ ਹੋ ਗਈ ਆਪਾਂ ਡਾਕਟਰ ਸਾਹਿਬ ਨੂੰ ਦੇ ਦਾਂਗੇ ਆਪਾਂ ਆਪਦੇ ਲਈ ਕੋਈ ਹੋਰ ਗੱਡੀ ਲੈ ਲਾਂਗੇ ਨਹੀਂ ਨਹੀਂ ਤੁਸੀਂ ਆਪਦੀ ਗੱਡੀ ਆਪਣੀ ਕੋਲ ਰੱਖਿਓ ਮੈਂ ਲੈ ਲਵਾਂਗੀ ਉਮੀਦ ਕਰਾਂ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੱਕ ਦੋ ਫੱਟੇ ਆਪਣੇ ਇਸ ਸਾਲ ਦੇ ਵਿੱਚ 1 ਮਿਲੀਅਨ ਸਬਸਕ੍ਰਾਈਬਰ ਕਰ ਦੇਣੇ ਆ ਵੀਡੀਓ ਰੋਜ਼ ਆਉਣਗੀਆਂ ਠੀਕ ਹੈ ਫਿਰ ਓਕੇ ਬਾਏ